ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾ ਰਿਹਾ ਸੰਸਕਾਰ। ਇਹ ਉਸੇ ਜਵਾਨ ਦਾ ਹੈ ਜੋ ਦੇਸ਼ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਬਾਰਡਰ 'ਤੇ ਡਟਿਆ ਰਹਿੰਦਾ ਸੀ, ਪਰ ਛੁੱਟੀ ਕੱਟਣ ਆਏ ਇਸ ਜਵਾਨ ਨਾਲ ਉਹ ਭਾਣਾ ਵਾਪਰਿਆ ਕਿ ਅੱਖ ਝਪਕਦੇ ਹੀ ਇਸ ਦੀ ਮੌਤ ਹੋ ਗਈ। ਇਹ ਤਸਵੀਰ ਮੋਗਾ ਦੇ ਪਿੰਡ ਫੁੱਲੇਵਾਲਾਂ ਦੇ ਰਹਿਣ ਵਾਲੇ BSF ਦੇ ਜਵਾਨ ਜਗਵਿੰਦਰ ਸਿੰਘ ਦੀ ਹੈ, ਜੋ ਰਾਜਸਥਾਨ ਦੇ ਬਾੜਮੇਰ ਵਿਖੇ ਡਿਊਟੀ ਨਿਭਾ ਰਿਹਾ ਸੀ ਅਤੇ ਹੁਣ 15 ਦਿਨਾਂ ਦੀ ਛੁੱਟੀ ਕੱਟਣ ਲਈ ਪਿੰਡ ਆਇਆ ਹੋਇਆ ਸੀ। ਇਹਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ। ਕਿੰਨੀ ਤਰੀਕ ਨੂੰ? ਇਹਨਾਂ ਦੀ 15 ਤਰੀਕ ਨੂੰ ਹੋਈ, 15 ਅਗਸਤ ਨੂੰ। ਇਹ ਫੌਜੀ ਸਾਹਿਬ ਭਰਤੀ ਕਿਹੜੇ ਸਾਲ 'ਚ ਹੋਏ ਸੀ? 2004 'ਚ ਭਰਤੀ ਹੋਈ ਸੀ। ਕਿੰਨੇ ਦਿਨ ਦੀ ਛੁੱਟੀ ਆਇਆ ਸੀ? 15 ਦਿਨ ਦੀ ਛੁੱਟੀ ਆਈ ਸੀ। SMZ ਨਿਊਜ਼ ਦੇ ਲਈ ਮੋਗਾ ਤੋਂ ਕਸ਼ਿਸ਼ ਸਿੰਗਲਾ ਦੀ ਰਿਪੋਰਟ।